ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕਬੱਡੀ ਕਲਿਆਣ 0044 ਪੇਜ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ, ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਦੁਨੀਆ ਵਿੱਚ ਵੱਸਦੇ ਸਾਡੇ ਕਬੱਡੀ ਪ੍ਰੇਮੀਆਂ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਵੀ ਹੈ, ਕਿਉਂਕਿ ਯੂਰਪ ਦਾ ਜਿਹੜਾ ਕਬੱਡੀ ਸੀਜ਼ਨ ਸ਼ੁਰੂ ਹੋਣ ਜਾ ਰਿਹਾ 2019 ਦਾ, ਅਤੇ ਉਸ ਤੋਂ ਪਹਿਲਾਂ ਸਾਡੇ ਭਰਾਵਾਂ ਨੇ ਭਾਈਚਾਰਕ ਸਾਂਝ ਲਈ ਇੱਕ ਮੀਟਿੰਗ ਰੱਖੀ ਆ, ਜੋ ਕਿ ਜਿਹੜੇ ਇਹ ਮੇਲੇ ਆ, ਇਹ ਰੌਣਕਾਂ, ਇਹ ਜਿਹੜੀਆਂ ਤੀਆਂ ਦੇ ਮੇਲੇ ਰੱਖ ਲਓ, ਜਾਂ ਪੰਜਾਬੀ ਖੁੱਲ੍ਹੇ ਅਖਾੜੇ ਸਿੰਗਰਾਂ ਦੇ ਗੱਲ ਕਰ ਲਈਏ, ਅਤੇ ਚਾਹੇ ਆਪਾਂ ਗੱਲ ਕਰ ਲਈਏ ਮਾਂ ਖੇਡ ਕਬੱਡੀ, ਪੰਜਾਬੀਆਂ ਦੀ ਜਿਹੜੀ ਸ਼ਾਨ ਆ, ਉਹ ਜਿਹੜੇ ਸਾਡੇ ਵੀਰ ਜਿੰਨੇ ਵੀ ਆ ਫਰਾਂਸ ਦੇ ਵਿੱਚ ਇਸ ਵਾਰੀ 16 ਮਾਰਚ ਦਿਨ ਸ਼ਨੀਵਾਰ ਨੂੰ ਮੀਟਿੰਗ ਰੱਖ ਰਹੇ ਨੇ, ਜੋ ਕਿ ਸਾਡੇ ਫਰਾਂਸ ਵਾਲੇ ਭਰਾ ਸਤਿਕਾਰਯੋਗ ਜਿੰਦਰ ਵਿਰਕ, ਸੈਫਲਾਬਾਦ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਫਰਾਂਸ ਕਬੱਡੀ ਕਲੱਬ, ਉਹਨਾਂ ਵੱਲੋਂ ਇਹ ਮੀਟਿੰਗ ਰੱਖੀ ਜਾ ਰਹੀ ਹੈ। ਅਤੇ ਦੋਸਤੋ, ਸਾਰੇ ਹੀ ਯੂਰਪ ਦੇ ਪ੍ਰਮੋਟਰਾਂ ਨੂੰ ਖੁੱਲ੍ਹਾ ਸੱਦਾ ਪੱਤਰ ਅਸੀਂ ਦਿੰਦੇ ਹਾਂ ਆਪਣੇ ਪੇਜ 0044 ਰਾਹੀਂ, ਚਾਹੇ ਜਰਮਨ, ਫਰਾਂਸ, ਇਟਲੀ, ਪੁਰਤਗਾਲ, ਸਪੇਨ, ਬੈਲਜੀਅਮ, ਹੋਲੈਂਡ, ਕੋਨੇ ਕੋਨੇ ਵਿੱਚ ਵੱਸਦੇ ਯੂਰਪ ਦੇ ਵਿੱਚ ਪ੍ਰਮੋਟਰ ਸਾਡੀ ਮਾਂ ਖੇਡ ਕਬੱਡੀ ਦੇ ਇਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ, ਅਤੇ ਆਪਣੇ ਆਪਣੇ ਸੁਝਾਅ ਦੇਣ ਲਈ, ਆਪਣੇ ਪੱਖ ਰੱਖਣ ਲਈ ਇਸ ਮੀਟਿੰਗ ਦਾ ਸ਼ਿੰਗਾਰ ਵੀ ਬਣੋ। ਫਰਾਂਸ ਵਾਲੇ ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਪੱਤਰ ਆ। ਇੱਕ ਵਾਰੀ ਫਿਰ ਮੈਂ ਬੇਨਤੀ ਕਰਦਾ ਲੋਕਲ ਖਿਡਾਰੀਆਂ ਅੱਗੇ ਵੀ, ਅਤੇ ਲੋਕਲ ਫੈਡਰੇਸ਼ਨ ਅੱਗੇ ਵੀ, ਲੋਕਲ ਫੈਡਰੇਸ਼ਨ ਨੂੰ ਵੀ ਅਤੇ ਲੋਕਲ ਖਿਡਾਰੀਆਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਖੁੱਲ੍ਹਾ ਸੱਦਾ ਪੱਤਰ ਦੇਣ ਜਾ ਰਹੇ ਨੇ ਸਾਡੇ ਭਰਾਵਾਂ, ਉਹਨਾਂ ਦੇ ਨਾਮ ਤੁਹਾਨੂੰ ਦੱਸ ਦੇਣਾ। ਲਿਸਟ ਬੜੀ ਲੰਬੀ ਹੈ, 35 ਤੋਂ 40 ਭਰਾ ਸਾਡੇ ਜਿਹੜੇ ਆ ਇਹ ਮੀਟਿੰਗ ਰੱਖ ਰਹੇ ਆ ਫਰਾਂਸ ਦੇ ਵਿੱਚ। ਸਾਡੇ ਮੀਟਿੰਗ ਦੇ ਰਹਿਣ ਮਰਾਈ ਸਾਡੇ ਵੀਰ, ਜਿਨ੍ਹਾਂ ਦਾ ਮੈਂ ਜ਼ਿਕਰ ਪਹਿਲਾਂ ਅਕਸਰ ਕਰਦਾ, ਜੋ ਸਾਡੀ ਪਿਛਲੇ ਸਾਲ ਟੀਮ ਦਸ਼ਮੇਸ਼ ਇੰਟਰਨੈਸ਼ਨਲ ਕਬੱਡੀ ਕਲੱਬ ਯੂਰਪ ਆਸਟਰੀਆ ਦੇ ਉੱਘੇ ਪ੍ਰਮੋਟਰ ਵੀ ਰਹੇ ਆ ਸਾਡੇ ਵੀਰ, ਜਿਨ੍ਹਾਂ ਦੇ ਨਾਲ ਚਮਕੀਲਾ ਆਸਟਰੀਆ ਅਤੇ ਗੋਪਾ ਬੈਂਸ ਮਾਨਕਢੇਰੀ ਅਤੇ ਗੋਲਡ ਸੋਤਾ ਅਤੇ ਸਾਡੀ ਟੀਮ ਦੇ ਸਤਿਕਾਰਯੋਗ ਸਾਬਕਾ ਕਬੱਡੀ ਖਿਡਾਰੀ ਕੋਚ ਅਤੇ ਸਾਡੀ ਟੀਮ ਦੇ ਉੱਘੇ ਪ੍ਰਮੋਟਰ ਸ਼ੰਭੂ ਭਾਜੀ ਪਰਸਰਾਮਪੁਰ ਵਾਲੇ, ਜੋ ਆਪ ਟੀਮ ਦੇ ਨਾਲ ਮਿਲ ਕੇ ਮੋਢਾ ਨਾਲ ਮੋਢਾ ਲਾ ਕੇ ਗਰਾਊਂਡਾਂ 'ਚ ਖੜ੍ਹੇ ਹੋਏ, ਉਹਨਾਂ ਦੇ ਨਾਲ ਫਰਾਂਸ ਦੇ ਜਿਹੜੇ ਸਾਡੇ ਹੋਰ ਵੀਰ, ਉਹਨਾਂ ਦੇ ਨਾਮ ਸਰਦਾਰ ਬਸੰਤ ਸਿੰਘ, ਸਰਦਾਰ ਲਖਵੀਰ ਸਿੰਘ ਸਿੱਧੂ, ਸਰਦਾਰ ਪਰਮਿੰਦਰ ਸਿੰਘ ਪਰਿਵਾਰ, ਸਰਦਾਰ ਬਲਕਾਰ ਸਿੰਘ ਸਿੱਧੂ, ਸਰਦਾਰ ਬੰਤ ਸਿੰਘ ਬਾਂਗੜੀ, ਸਰਦਾਰ ਰੇਸ਼ਮ ਸਿੰਘ ਪੁਰੇਵਾਲ, ਸਰਦਾਰ ਗੁਰਮੀਤ ਸਿੰਘ ਤੇਜਾ, ਸਰਦਾਰ ਗਿਆਨ ਸਿੰਘ, ਸਰਦਾਰ ਨਰਿੰਦਰ ਸਿੰਘ ਕਰਤਾਰਪੁਰ, ਸਰਦਾਰ ਹਰਜੀਤ ਸਿੰਘ ਗੁਰਦਾਸਪੁਰ, ਸਰਦਾਰ ਸੁਰਜੀਤ ਸਿੰਘ ਮੁਠੱਡਾ, ਸਰਦਾਰ ਬਲਦੇਵ ਸਿੰਘ ਘੁੰਮਣ, ਸਰਦਾਰ ਬਿੱਟੂ ਬਿੱਲੀ ਭੁੱਲਰ ਤੋਂ, ਸਰਦਾਰ ਬਲਜੀਤ ਸਿੰਘ ਨਾਗਰਾ, ਸਰਦਾਰ ਹਰਜੀਤ ਸਿੰਘ ਪਰਮਾਰ, ਅਤੇ ਨਾਲ ਸਾਰੇ ਹੀ ਸਾਡੇ ਜਿੰਨੇ ਵੀ ਮੈਂ ਫੈਡਰੇਸ਼ਨ ਦੇ ਲੋਕਲ ਫੈਡਰੇਸ਼ਨ ਦੇ ਲਖਵਿੰਦਰ ਸਿੰਘ ਲੱਖਾ ਪ੍ਰਧਾਨ, ਅਤੇ ਨਾਲ ਸਾਡਾ ਤਾਰਪੁਰ ਵਾਲਾ ਵੀਰ ਸੋਨੀ, ਕਬੱਡੀ ਦਾ ਕਮੈਂਟੇਟਰ ਵੀ ਹੈ ਅਤੇ ਕਬੱਡੀ ਦਾ ਮਹਾਨ ਬੁਲਾਰਾ ਵੀ ਹੈ ਅਤੇ ਕਬੱਡੀ ਵੀ ਪ੍ਰਮੋਟ ਕਰਦੇ, ਹੋਰ ਵੀ ਜਿੰਨੇ ਨਾਮ ਨੇ ਫਰਾਂਸ ਦੇ ਵਿੱਚ ਮਹਾਨ ਸ਼ਖਸੀਅਤਾਂ ਜਿਹੜੀਆਂ ਯੂਰਪ ਫੈਡਰੇਸ਼ਨ ਦੇ ਨਾਲ ਆ, ਚਾਹੇ ਲੋਕਲ ਫੈਡਰੇਸ਼ਨ ਨਾਲ ਆ, ਉਹਨਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਪੱਤਰ ਹੈ ਸਾਡੇ ਕਬੱਡੀ ਇੰਗਲੈਂਡ 0044 ਪੇਜ ਵੱਲੋਂ, ਕਿਉਂਕਿ ਇਹ ਜਿਹੜੀ ਮੀਟਿੰਗ ਹੈ ਆਪਸੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਵਧਾਉਣ ਲਈ ਰੱਖੀ ਗਈ ਹੈ ਜੀ। ਅਤੇ ਅਗਲੀ ਗੱਲਬਾਤ ਕਰਦੇ ਹਾਂ ਆਪਾਂ, ਅਗਲੀਆਂ ਜੋ ਗੱਲਾਂ ਕਬੱਡੀ ਦੀ ਮੀਟਿੰਗ ਦੇ ਵਿੱਚ ਪਹੁੰਚ ਰਹੀਆਂ ਸ਼ਖਸੀਅਤਾਂ, ਉਹਨਾਂ ਦੇ ਨਾਮ ਆਪਾਂ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ। ਦੋਸਤੋ, ਪਿਛਲੇ ਸਾਲ ਜੋ ਮੀਟਿੰਗ ਰੱਖੀ ਸੀ ਬੈਲਜੀਅਮ ਦੇ ਵਿੱਚ, NRI ਚੜ੍ਹਦੀ ਕਲਾ ਕਬੱਡੀ ਕਲੱਬ ਸਾਡੇ ਭਰਾ ਬੈਲਜੀਅਮ ਵਾਲਿਆਂ ਨੇ, ਜਿਸ ਦੇ ਵਿੱਚ ਸਾਡੇ ਵੀਰ ਚਰਨਜੀਤ ਜੀ ਬਰਨਾਲਾ ਸਤਿਕਾਰਯੋਗ ਮਹਾਨ ਸ਼ਖਸੀਅਤ, ਅਤੇ ਰੈਂਕਾ ਪਟਿਆਲੇ ਤੋਂ ਸਾਡਾ ਵੱਡਾ ਵੀਰ, ਅਤੇ ਨਾਲ ਸਾਡਾ ਵੀਰ ਸੰਧੂ, ਅਤੇ ਨਾਲ ਸੋਨੀ ਬਠਲਾ ਜੀ, ਹੋਰ ਮਹਾਨ ਸ਼ਖਸੀਅਤਾਂ, ਸਿਮਰਜੀਤ ਭਾਜੀ ਜੋ ਕਿ ਸਪਾਈਸ ਆਫ ਇੰਡੀਆ ਵਾਲੇ, ਅਤੇ ਹੋਰ ਵੀ ਜਿੰਨੇ ਕਬੱਡੀ ਨੂੰ ਪ੍ਰਮੋਟ ਕਰਦੇ ਆ। ਪਰ ਇਸ ਵਾਰ ਜਿਹੜੀ ਮੀਟਿੰਗ ਫਰਾਂਸ ਵਾਲੇ ਭਰਾਵਾਂ ਨੇ ਰੱਖੀ ਹੈ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਅਤੇ ਮੇਲੇ ਵਧਾਉਣ ਲਈ, ਇਹ ਮੀਟਿੰਗ ਦਾ ਜਿਹੜਾ ਮੇਨ ਰੀਜ਼ਨ ਆ ਕਬੱਡੀ ਨੂੰ ਹੋਰ ਅਗਾਂਹ ਵਧੂ ਕਰਨਾ, ਨਸ਼ੇ ਤੋਂ ਬਚਾਉਣਾ, ਨਸ਼ਾ ਛੱਡੋ ਕੋਡ ਵੱਡੋ ਵਾਲੇ ਵੀ ਸਾਡੇ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਇਹ ਕਬੱਡੀ ਸਾਰੇ ਆਪਾਂ ਰਲ ਮਿਲ ਕੇ ਭਰਾਵਾਂ ਨੇ ਕਰਾਉਣੀ ਯੂਰਪ ਦੇ ਵਿੱਚ, ਖਾਸ ਕਰਕੇ ਇਹ ਜਿਹੜਾ 0044 ਪੇਜ ਵੱਲੋਂ ਮੈਂ ਇੱਕ ਜ਼ਰੂਰ ਆਪਣੇ ਵੱਲੋਂ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਪ੍ਰਮੋਟਰ ਜਾਂ ਕੋਈ ਖਿਡਾਰੀ ਇਹ ਚੀਜ਼ ਕਹਿ ਰਿਹਾ,
ਇਹ ਦਾਸ ਆਪਣੇ ਤੌਰ ਤੇ ਕਹਿ ਰਿਹਾ ਕਿ ਯੂਰਪ ਦੇ ਵਿੱਚ ਕੋਈ ਵੀ ਮੇਲਾ ਐਤਵਾਰ ਦੇ ਵਿੱਚ ਇੱਕ ਮੇਲਾ ਹੀ ਹੋਵੇ। ਮੰਨ ਲਓ ਕਿ ਜੇ ਹੋਲੈਂਡ 'ਚ ਐਤਵਾਰ ਨੂੰ ਮੇਲਾ ਹੈ ਤੇ ਫਰਾਂਸ ਵਿੱਚ ਉਸ ਦਿਨ ਨਾ ਹੋਵੇ, ਜੇ ਫਰਾਂਸ ਵਿੱਚ ਉਸ ਦਿਨ ਮੇਲਾ ਹੈ ਤੇ ਹੋਲੈਂਡ 'ਚ ਉਸ ਦਿਨ ਨਾ ਹੋਵੇ, ਜੇ ਬੈਲਜੀਅਮ 'ਚ ਐਤਵਾਰ ਨੂੰ ਮੇਲਾ ਹੈ ਤੇ ਹੋਲੈਂਡ ਜਾਂ ਜਰਮਨੀ ਨਾ ਹੋਵੇ। ਕਿਉਂਕਿ ਜਿਹੜੇ ਲੋਕ ਨੇ ਯੂਰਪ ਦੇ ਕੰਮਾਂ ਕਾਰਾਂ ਵਾਲੇ ਲੋਕ ਨੇ, ਉਹ ਲੋਕ ਫਿਰ ਜਦੋਂ ਜਾਣਾ ਚਾਹੁੰਦੇ ਨੇ ਕਿਸੇ ਕੱਪ 'ਤੇ ਜਾਂ ਉਹਨਾਂ ਕੋਲ ਸਮਾਂ ਹੁੰਦਾ ਹੈ, ਉਹ ਕਿ ਚੰਗੇ ਖਿਡਾਰੀ ਦੇਖਣ ਲਈ ਜਾਂਦੇ ਨੇ। ਸੋ ਜਿਹੜੇ ਸਾਡੇ ਤੋਂ ਪੰਜਾਬ ਕੋਲੋਂ ਖਿਡਾਰੀ ਆਏ ਹੁੰਦੇ ਨੇ, ਕਈ ਵਾਰੀ ਉਹਨਾਂ ਨੂੰ ਦੇਖਣਾ ਜਾਣਾ ਚਾਹੁੰਦੇ ਨੇ, ਕਈ ਵਾਰੀ ਲੋਕਲ ਦੇ ਵਿੱਚ ਸਾਡੇ ਕੋਲ ਚੰਗੇ ਪਲੇਅਰ ਆ ਅਤੇ ਕੁਝ ਦਰਸ਼ਕ ਉਹਨਾਂ ਨੂੰ ਦੇਖਣ ਜਾਣਾ ਚਾਹੁੰਦੇ ਨੇ, ਪਰ ਪੰਜਾਬ ਦੇ 'ਚੋਂ ਜਿਹੜੇ ਆਏ ਹੁੰਦੇ ਨੇ ਫੈਡਰੇਸ਼ਨ, ਸੋ ਪਲੇਅਰ ਜਿਹੜੇ ਸੁਪਰਸਟਾਰ ਪਹੁੰਚੇ ਹੁੰਦੇ ਨੇ ਸਾਡੇ ਕੋਲ, ਉਹਨਾਂ ਦੇ ਚਾਹਵਨ ਦਰਸ਼ਕ ਜ਼ਿਆਦਾ ਹੁੰਦੇ ਨੇ, ਪਰ ਕਈ ਵਾਰੀ ਫਿਰ ਇੱਦਾਂ ਦੀਆਂ ਜਦੋਂ ਚੀਜ਼ਾਂ ਹੁੰਦੀਆਂ। ਸੋ ਮੈਂ ਇਹ ਬੇਨਤੀ ਲੋਕਲ ਫੈਡਰੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਵੀਰ ਸਾਡੇ ਜਿੰਨੇ ਵੀ ਆ, ਸੋਨੀ ਹੋਣੀ ਆ, ਚਾਹੇ ਉਸ ਫੈਡਰੇਸ਼ਨ ਦੇ ਹੋਰ ਵੀ ਜਿੰਨੇ ਪ੍ਰਧਾਨ ਆ ਜਾਂ ਲੋਕਲ ਪਲੇਅਰ ਆ ਯੂਰਪ ਦੇ, ਉਹ ਮੈਂ 0044 ਪੇਜ ਵੱਲੋਂ ਬੇਨਤੀ ਕਰਦਾ, ਉਹ ਵੀ ਜ਼ਰੂਰ ਪਹੁੰਚੋ ਤਾਂ ਜੋ ਆਪਾਂ ਇਹ ਚੀਜ਼ ਦਾ ਵੀ ਹੱਲ ਕਰ ਲਈਏ ਮਿਲ ਕੇ, ਆਪਸੀ ਭਾਈਚਾਰਕ ਸਾਂਝ ਨਾਲ। ਭਰਾ ਆ ਸਾਰੇ ਆਪਾਂ ਮਿਲ ਕੇ, ਆਪਾਂ ਜਿਹੜੇ ਕਹਿੰਦੇ ਹੁੰਦੇ ਪਿਆਰ ਨਾਲ ਤਾਂ ਰੱਬ ਵੀ ਮਿਲ ਜਾਂਦਾ, ਅਤੇ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਆ ਕਿ ਆਪਾਂ ਮੇਲਿਆਂ ਨੂੰ ਵਧਾਉਣਾ ਆ, ਮੇਲੇ ਘਟਾਉਣੇ ਨਹੀਂ ਗੇ। ਜਿੰਨੇ ਮੇਲੇ ਹੋਣਗੇ, ਜਿੰਨੇ ਖਿਡਾਰੀ ਮੇਲਿਆਂ ਦਾ ਸ਼ਿੰਗਾਰ ਬਣਗੇ, ਉਨੀ ਵਾਹ ਵਾਹ ਪ੍ਰਮੋਟਰਾਂ ਦੀ ਵੀ ਹੋਵੇਗੀ। ਸੋ ਪਹੁੰਚ ਰਹੀਆਂ ਸ਼ਖਸੀਅਤਾਂ ਜੋ ਕਿ ਸ਼ੇਰੇ ਪੰਜਾਬ ਕਬੱਡੀ ਕਲੱਬ ਦੇ ਸਰਦਾਰ ਗੁਰਦਾਵਰ ਸਿੰਘ ਗਾਭਾ, ਬਲਿਹਾਰ ਸਿੰਘ ਜੀ ਰੈਫਰੀ ਦੀਆਂ ਸੇਵਾਵਾਂ ਵੀ ਨਿਭਾਉਂਦੇ ਹਰ ਸਾਲ, ਸੋ ਸਰਦਾਰ ਬਲਿਹਾਰ ਸਿੰਘ ਜੀ, ਸਾਡੇ ਲੱਕੀ ਬਰਨਾਲਾ ਜੀ, ਸਰਬਾ ਫਰਵਾਈ ਜੀ, ਜਿੰਨੇ ਵੀ ਹੋਰ ਅਵਤਾਰ ਸਿੰਘ ਸ਼ੋਕਰ ਜੀ, ਮੈਂਟਾ ਭਾਜੀ ਬੇਗੋਵਾਲ ਵਾਲੇ, ਜਾਂ ਹੋਰ ਜਿੰਨੀਆਂ ਸ਼ਖਸੀਅਤਾਂ, ਚਰਨਜੀਤ ਬਰਨਾਲਾ ਇਹਨਾਂ ਦੇ ਚੜ੍ਹਦੀ ਕੋਟਾ ਕਲੱਬ ਵਾਲੇ, ਰੈਂਕਾ ਪਟਿਆਲਾ ਜੋ ਕਿ ਚੜ੍ਹਦੀ ਕੋਟਾ ਕਲੱਬ ਵਾਲੇ, ਸੋਨੀ ਬਟਲਾ ਜੀ, ਅਤੇ ਸਾਡੇ ਹੋਲੈਂਡ ਤੋਂ ਪਿੰਕ ਵਾਲੀਆ ਜੀ, ਬਿੱਟੂ ਜੋਲ ਜੀ, ਸਾਡਾ ਵੀਰ ਜੱਗਾ ਹੋਲੈਂਡ, ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ, ਸਾਡੀ ਮਾਂ ਖੇਡ ਕਬੱਡੀ ਦਾ ਸਨੀ ਦਿਓਲਿਆ, ਅਤੇ ਅਸੀਂ ਭਰਾ 'ਤੇ ਮਾਣ ਕਰਦੇ ਹਾਂ। ਅਤੇ ਹੋਲੈਂਡ ਤੋਂ ਜਿੰਨੇ ਵੀ ਸਾਡੇ ਹੋਰ ਵੀ ਸਰਦਾਰ ਬਖਸ਼ੀਸ਼ ਸਿੰਘ ਜੀ, ਬੜੀਆਂ ਮਹਾਨ ਸ਼ਖਸੀਅਤਾਂ ਨੇ, ਬਹੁਤ ਨਾਮ ਨੇ, ਜੇ ਮੈਂ ਲਗਾਤਾਰ ਬਹੁਤ ਸਾਰੇ ਨਾਮ ਨੇ, ਕਿਉਂਕਿ ਇੰਨੇ ਕੁ ਨਾਮ ਨੇ, ਇੱਥੇ ਜੋ ਪੈਸਾ ਲਾਉਂਦੇ ਨੇ ਕਬੱਡੀ 'ਤੇ ਉਹ ਸਾਰਿਆਂ ਨੂੰ ਹੌਲੀ ਹੌਲੀ ਤੁਹਾਡੇ ਰੂਬਰੂ 0044 'ਤੇ ਲਿਆਵਾਂਗੇ, ਆਪਾਂ ਉਹਨਾਂ ਦੇ ਅਫੀਸ਼ੀਅਲ ਪੋਸਟਰ 0044 ਵੱਲੋਂ ਵੀ ਬਣਾਵਾਂਗੇ, ਦੱਸਾਂਗੇ ਕਿ ਇਸ ਇਨਸਾਨ ਨੇ ਵੀ ਕਬੱਡੀ ਲਈ ਕੁਝ ਕੀਤਾ। ਅਤੇ ਇਸੇ ਤਰ੍ਹਾਂ ਫਰਾਂਸ ਦੇ ਸ਼ੀਰਾ ਭਾਜੀ ਹੋਣੀ ਆ ਜੋ ਟੀਮ ਬਣਾਉਂਦੇ ਹਰ ਸਾਲ, ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਜਿੰਨੇ ਵੀ ਆ ਸੱਜਣ ਬੇਲੀ ਨਾਲ ਲੈ ਕੇ ਮੀਟਿੰਗ ਦਾ ਸ਼ਿੰਗਾਰ ਬਣਾਓ। ਅਤੇ ਬਾਕੀ ਸਾਡੇ ਜਰਮਨ ਤੋਂ ਬੱਬਾ ਗੈਲ ਜੀ ਫਰੈਂਕਫਰਟ ਤੋਂ ਅਕਸਰ ਆਉਂਦੇ ਆ ਮੈਚਾਂ 'ਤੇ ਵੀ, ਅਤੇ ਮੀਟਿੰਗ ਦਾ ਸ਼ਿੰਗਾਰ ਵੀ ਬਣ ਜ਼ਰੂਰ ਪਹੁੰਚਣ, ਤਾਂ ਜੋ ਜਰਮਨ ਦੀ ਵੀ ਕੋਈ ਟੀਮ ਬਣੇ ਆਉਣ ਵਾਲੇ ਟਾਈਮ ਦੇ ਵਿੱਚ, ਜਰਮਨ ਦੇ ਵਿੱਚ ਵੀ ਕਬੱਡੀ ਕੱਪ ਉਲੀਕਿਆ ਜਾਵੇ ਜਲਦੀ ਵੀ, ਕਿਉਂਕਿ ਜਰਮਨ ਦੇ ਡੂਲਸਡੋਰਫ ਵਾਲੇ ਭਰਾਵਾਂ ਨੇ ਪਿਛਲੇ ਸਾਲ ਬਹੁਤ ਸਾਥ ਦਿੱਤਾ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਮੂਹ ਯੂਰਪ ਫੈਡਰੇਸ਼ਨ ਦੇ ਜਿੰਨੇ ਪ੍ਰਮੋਟਰ ਆ ਜਾਂ ਲੋਕਲ ਖਿਡਾਰੀ ਆ, ਚੰਗੇ ਖਿਡਾਰੀ ਆਉਣਗੇ ਯੂਰਪ ਦੇ ਵਿੱਚ, ਇਸ ਸਾਲ ਵਧੀਆ ਕਬੱਡੀ ਦਾ ਆਨੰਦ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ। ਅਤੇ ਅਗਲੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਮੇਨ ਹੋਰ ਇਸ ਮੁੱਦੇ 'ਤੇ ਆ ਕਿ ਮੀਟਿੰਗ ਕਿਉਂ ਰੱਖੀ ਗਈ ਹੈ। ਸੋ ਦੋਸਤੋ, ਪਹੁੰਚੋ ਹਮਹਮਾ ਕੇ ਮੀਟਿੰਗ ਦੇ ਵਿੱਚ, ਸਾਰੇ ਹੀ ਯੂਰਪ ਦੇ ਜਿੰਨੇ ਵੀ ਮੁਲਕ ਆ, ਪੰਜਾਬੀ 'ਚ ਆਪਾਂ ਕਹਿ ਦਈਏ ਕੰਟਰੀਆਂ ਆ, ਚਾਹੇ ਹੋਲੈਂਡ ਆ, ਚਾਹੇ ਨੋਰਵੇ ਆ, ਚਾਹੇ ਫਰਾਂਸ, ਸਪੇਨ, ਪੁਰਤਗਾਲ, ਇਟਲੀ, ਜਰਮਨ, ਬੈਲਜੀਅਮ, ਇਹਦੇ ਜਿੰਨੇ ਵੀ ਪ੍ਰਮੋਟਰ ਆ, ਜਿੱਥੇ ਵੀ ਕਬੱਡੀ ਹੁੰਦੀ ਆ ਜਾਂ ਕਬੱਡੀ ਹੁੰਦੀ ਸੀ, ਉਹ ਵੀ ਪ੍ਰਮੋਟਰ, ਮੈਂ ਬੇਨਤੀ ਕਰਦਾ ਗੱਲ ਕਿ ਸਿੱਧੀ ਨੋਰਵੇ ਦੇ ਵਿੱਚ ਜਿਹੜੀ ਇਹ ਜਾਣੀ ਆ ਕਿ ਨੋਰਵੇ ਵਾਲੇ ਵੀ ਜਿਹੜੇ ਵੀਰ ਕਿਸੇ ਟਾਈਮ 'ਤੇ ਕਬੱਡੀ ਦੇ ਵਿੱਚ ਬੱਲੇ ਬੱਲੇ ਕਰਾਈ ਆ, ਉਹ ਥੋੜ੍ਹੇ ਜਿਹਾ ਸਾਡੇ ਕੋਲੋਂ ਦੂਰ ਹੋ ਕੇ ਬੈਠੇ ਆ ਜਾਂ ਕਿੱਦਾਂ ਵੀ ਆ, ਜਾਂ ਕੋਈ ਗਿਲੇ ਸ਼ਿਕਵੇ ਆ, ਉਹ ਸਾਰੇ ਭੁੱਲ ਕੇ ਮਾਂ ਖੇਡ ਕਬੱਡੀ ਨੂੰ ਦੁਬਾਰਾ ਆਪਾਂ ਯੂਰਪ ਦੇ ਵਿੱਚ ਕਰਾਈਏ। ਮੈਂ ਬੇਨਤੀ ਕਰਦਾ ਭਾਜੀ ਬੱਗੇ ਹੋਣਾ ਅੱਗੇ ਬਾਂਕਾ ਮਨਸੂਰਾਵਾਲ ਤੋਂ, ਸਾਰੇ ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ, ਇਹ ਜਿਹੜੇ ਨਾਂ ਆ ਇਹ ਰਹਿੰਦੀ ਦੁਨੀਆ ਤੱਕ ਜੀਂਦੇ ਰਹਿਣੇ ਆ, ਇਹ ਨਾਮ ਜਿਹੜੇ ਆ ਭਾਜੀ ਬੱਗੇ, ਨੋਰਵੇ ਵਾਲੇ ਜੇ ਬਾਂਕੇ ਦੀ ਗੱਲ ਕਰ ਰਹੀਏ, ਮਨਸੂਰਾਵਾਲ ਵਾਲੇ ਦੀ, ਇਹ ਜਿਹੜੇ ਨਾਮ ਨੇ ਇਹ ਬਹੁਤ ਵੱਡੇ ਨਾਮ ਨੇ, ਇਹ ਸਾਰੀ ਜ਼ਿੰਦਗੀ ਜਿਉਂਦੇ ਰਹਿਣੇ ਨੇ, ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ, ਚਾਹੇ ਆਪਾਂ ਜਿੰਨਾ ਵੀ ਮਰਜ਼ੀ ਜ਼ੋਰ ਲਾ ਲਈਏ। ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦਾ, ਨੋਰਵੇ ਵਾਲੇ ਭਰਾਵਾਂ ਅੱਗੇ ਵੀ ਜ਼ਰੂਰ ਮੀਟਿੰਗ 'ਚ ਪਹੁੰਚੋ, ਕਿਉਂਕਿ ਉਹ ਵੀ ਕਬੱਡੀ ਲਈ ਬਹੁਤ ਕੁਛ ਕਰ ਸਕਦੇ ਆ, ਪਲੇਅਰ ਬੁਲਾ ਸਕਦੇ ਆ ਪੰਜਾਬ ਤੋਂ, ਇੱਥੇ ਬਹੁਤ ਪਲੇਅਰ ਆ ਕੇ ਆਪਣੀ ਖੇਡ ਦਿਖਾਲ ਸਕਦੇ ਆ, ਪੈਸਾ ਕਮਾ ਸਕਦੇ ਆ, ਅਤੇ ਯੂਰਪ ਦੇ ਖੇਡ ਮੇਲਿਆਂ ਦਾ ਸ਼ਿੰਗਾਰ ਬਣ ਸਕਦੇ ਆ। ਸੋ ਮੈਂ ਬੇਨਤੀ ਕਰਦਾ ਸਪੈਸ਼ਲ ਤੌਰ 'ਤੇ ਵੀ ਨੋਰਵੇ ਵਾਲੇ ਭਰਾਵਾਂ ਨੂੰ, ਚਾਹੇ ਉਹ ਪੁਰਾਣੇ ਜਿੰਨੇ ਵੀ ਉਹਨਾਂ ਨਾਲ ਖੜੇ ਸੀ, ਚਾਹੇ ਉਹ ਨਵੇਂ ਵੀ ਕਬੱਡੀ 'ਚ ਇੰਟਰਸਟ ਲੈਂਦੇ ਸੀ। ਇੱਕ ਵੀਰ ਮੈਨੂੰ ਪੰਜਾਬ 'ਚ ਵੀ ਮਿਲਿਆ ਸੀਗਾ, ਮੈਂ ਇਹਨੂੰ ਨਾਮ ਚੇਤਾ ਭੁੱਲ ਗਿਆ, ਸਪੈਸ਼ਲ ਵੀਰ ਨੇ ਲਿਆ ਸੀ, ਕਹਿੰਦਾ ਵੀਰ ਜੇ ਤੁਸੀਂ ਯੂਰਪ 'ਚ ਜਾਣਾ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੈਂ ਨੋਰਵੇ ਰਹਿੰਦਾ, ਆਪਾਂ ਨੋਰਵੇ ਦੀ ਟੀਮ ਬਣਾਵਾਂਗੇ। ਸੋ ਮੈਨੂੰ ਉਹ ਵੀਰ ਮਿਲਿਆ ਸੀ ਕਿਸੇ ਦੇ ਨਾਲ, ਮੈਨੂੰ ਸਪੈਸ਼ਲ ਮਿਲਿਆ ਸੀ, ਮੈਂ ਕਿਸੇ ਮੈਚ 'ਤੇ ਗਿਆ ਸੀ,
ਫਿਰ ਉਹ ਵੀਰ ਘਰੇ ਵੀ ਆਇਆ ਸੀ ਆਪਣੇ ਕੋਲ, ਪਰ ਮੈਂ ਉਹ ਵੀਰ ਦਾ ਨੰਬਰ ਥੋੜ੍ਹਾ ਮੇਰੇ ਕੋਲੋਂ ਮਿਸ ਹੋ ਗਿਆ, ਪਰ ਮੈਂ ਜ਼ਰੂਰ ਬੇਨਤੀ ਕਰਦਾ ਵੀਰ ਜੇ ਕਿਤੇ ਮੇਰੀ ਵੀਡੀਓ ਦੇਖੇ ਜ਼ਰੂਰ ਆਓ ਯਾਰ ਵੀਰ ਮਿਲ ਕੇ, ਇਹ ਸਾਰੇ ਜਿਹੜੇ ਆਪਾਂ ਨੌਰਵੇ ਦੇ ਵਿੱਚ ਦੁਬਾਰਾ ਤੁਸੀਂ ਵੀ ਟੀਮ ਬਣਾਓ, ਅਤੇ ਆਪਾਂ ਭਾਈ ਉਹਨਾਂ ਨੂੰ ਕਹੀਏ ਪੁਰਾਣੇ ਪ੍ਰਮੋਟਰਾਂ ਨੂੰ ਜਿੱਦਾਂ ਕਹਿ ਦਈਏ ਖੁੰਡ ਬੰਦੇ ਜਿਹੜੇ ਆ ਉਹ ਵੀ ਰਲ ਕੇ ਮਾਂ ਖੇਡ ਕਬੱਡੀ ਦੇ ਇੱਥੇ ਪਲੇਅਰਾਂ ਨੂੰ ਬੁਲਾਉਣ, ਤਾਂ ਜੋ ਆਪਸ ਵਿੱਚ ਆਪਸੀ ਭਾਈਚਾਰਕ ਸਾਂਝ ਨਾਲ ਜਿਹੜੀਆਂ ਇਹ ਬੈਲੈਂਸ ਟੀਮਾਂ ਬਣਨ, ਮਾਂ ਖੇਡ ਕਬੱਡੀ ਦਾ ਯੂਰਪ ਦਾ ਸੀਜ਼ਨ ਜਿਹੜਾ 2019 ਦਾ ਇੱਕ ਵਧੀਆ ਸ਼ੁਰੂਆਤ ਹੋ ਸਕੇ। ਸੋ ਇੰਨੀਆਂ ਬੇਨਤੀਆਂ ਕਬੂਲ ਕਰੋ ਅਤੇ ਬਾਕੀ ਗੱਲਾਂ ਲਗਾਤਾਰ ਤੁਹਾਨੂੰ ਦੱਸਦੇ ਜਾ ਰਹੇ ਹਾਂ। ਸੋ ਅਗਲੇ ਜਿਹੜੇ ਇੱਥੇ ਮੀਟਿੰਗ ਦੇ ਵਿੱਚ ਹੋਰ ਕੀ ਖਾਸ ਹੋਣ ਜਾ ਰਿਹਾ ਦੋਸਤੋ, ਮੀਟਿੰਗ 16 ਮਾਰਚ ਦਿਨ ਸ਼ਨੀਵਾਰ ਯੂਰਪ ਦੇ ਵਿੱਚ ਸੀਜ਼ਨ ਜੋ ਸ਼ੁਰੂ ਹੋਣ ਜਾ ਰਿਹਾ ਉਹਦੇ ਬਾਰੇ ਗੱਲਾਂਬਾਤਾਂ ਕੀਤੀਆਂ। ਆਪ ਸਭ ਨੂੰ ਖੁੱਲ੍ਹੇ ਸੱਦੇ ਪੱਤਰ ਇੱਕ ਵਾਰੀ ਫਿਰ ਤੋਂ, ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਫਰਾਂਸ, ਸਾਡੇ ਬਹੁਤ ਹੀ ਸਤਿਕਾਰਯੋਗ ਜਿੰਦਰ ਵਿਰਕ ਸੈਫਲਾਬਾਦ ਵਾਲੇ, ਜੋ ਕਿ ਆਪਣੇ ਪਿੰਡ ਕਬੱਡੀ ਕੱਪ ਵੀ ਕਰਾਉਂਦੇ ਆ, ਅਤੇ ਉਹਨਾਂ ਦੇ ਨਾਲ ਇੱਥੋਂ ਦੇ ਹੋਰ ਮਹਾਨ ਪ੍ਰਮੋਟਰ ਫਰਾਂਸ ਤੋਂ ਸ਼ੀਰੇ ਹੁਣੀ, ਜੱਗਾ ਹੋਲੈਂਡ, ਸਾਰੀਆਂ ਮਹਾਨ ਸ਼ਖਸੀਅਤਾਂ, ਚਮਕੀਲਾ ਆਸਟਰੀਆ, ਸ਼ੰਭੂ ਪਰਸਰਾਮ ਪਰਤਨਵਾ ਜੀ ਸਾਰੀ ਟੀਮ ਦੇ ਕੋਚ, ਜੋ ਕਿ ਆਸਟਰੀਆ ਟੀਮ ਨੂੰ ਵੀ ਸਪੋਰਟ ਕਰਦੇ ਆ, ਅਤੇ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਟੀਮ ਵੀ ਉਹਨਾਂ ਦੀ ਆਪਣੀ ਆ। ਸੋ ਇਸ ਵਾਰ ਬਹੁਤ ਹੀ ਵਧੀਆ ਟੀਮਾਂ ਬਣ ਜਾ ਰਹੀਆਂ। ਇਸ ਮੀਟਿੰਗ ਦੇ ਵਿੱਚ ਪਲੇਅਰਾਂ ਬਾਰੇ ਦੱਸਿਆ ਜਾਵੇਗਾ, ਕਿਹੜੇ ਸਾਡੇ ਕੋਲ ਪਲੇਅਰ ਪਹੁੰਚ ਰਹੇ ਆ, ਕਿਹੜੇ ਸਾਡੇ ਕੋਲ ਕਮੈਂਟੇਟਰ ਬਾਰੇ ਜ਼ਿਕਰ ਕੀਤਾ ਜਾਵੇਗਾ। ਸਾਡੇ ਕੋਲ ਯੂਰਪ ਦੇ ਵਿੱਚ ਵੀ ਕਮੈਂਟੇਟਰ ਦਵਿੰਦਰ ਸੀਚੇਵਾਲ ਤੋਂ ਬਹੁਤ ਹੀ ਸੋਹਣਾ ਬੁਲਾਰਾ, ਸਾਡੇ ਕੋਲ ਆਵਾਜ਼ ਜਿਹੜੀ ਆ ਪੁਰਤਗਾਲ ਦੇ ਵਿੱਚ ਰਹਿੰਦਾ ਮੁੰਡਾ ਪੱਕਾ ਇੰਡੀਆ ਜਾ ਕੇ ਮਾਂ ਖੇਡ ਕਬੱਡੀ ਸੇਵਾ ਕਰ ਰਿਹਾ। ਸਾਡੇ ਕੋਲ ਬੁਲਾਰਾ ਸੋਨੀ ਵੀ ਹੈ ਫਰਾਂਸ ਦੇ ਵਿੱਚ, ਉਹ ਵੀ ਮਾਂ ਖੇਡ ਕਬੱਡੀ ਦੇ ਸੋਹਣੇ ਬੋਲ ਬੋਲਦਾ। ਸਾਡੇ ਕੋਲ ਇਟੀ ਦੇ ਵਿੱਚ ਇੱਕ ਵੀਰ ਗੋਪੀ ਵੀ ਆ, ਉਹ ਵੀ ਮਾਂ ਖੇਡ ਕਬੱਡੀ ਦੇ ਸੋਹਣੇ ਬੋਲ ਬੋਲਦਾ। ਸਾਡੇ ਕੋਲ ਇੱਥੇ ਵੀ ਬੁਲਾਰੇ ਨੇ, ਅਤੇ ਜਿਹੜੇ ਅਸੀਂ ਉੱਥੋਂ ਸੱਦਣੇ ਨੇ ਉਹ ਵੀ ਚੰਗੇ ਬੁਲਾਰੇ ਇੱਥੇ ਆਉਂਦੇ ਨੇ, ਅਤੇ ਚੰਗੇ ਬੁਲਾਰੇ ਹੀ ਆਉਣੇ ਚਾਹੀਦੇ ਨੇ ਸਾਰਿਆਂ ਦੀ ਸਲਾਹ ਦੇ ਨਾਲ। ਬਹੁਤ ਵਧੀਆ ਉਪਰਾਲਾ ਕਰ ਰਹੇ ਆ, ਦਾਸ ਵੀ ਬੋਲਾਂ ਦੀ ਸਾਂਝ ਪਾ ਲੈਂਦਾ ਆ, ਪਰ ਦਾਸ ਦੇ ਬੋਲ ਥੋੜ੍ਹੇ ਜਿਹੇ ਕਬੱਡੀ ਦੇ ਸੁਧਾਰ ਵਾਸਤੇ ਹੁੰਦੇ ਆ, ਇਹ ਮੈਂ ਨਾਲ ਇੱਥੇ ਦੱਸ ਦੇਣਾ ਚਾਹੁੰਦਾ, ਕਿਉਂਕਿ ਕਈ ਵੀਰ ਨਹੀਂ ਚੰਗਾ ਸਮਝਦੇ। ਸੋ ਜਿਹੜੇ ਨਹੀਂ ਚੰਗਾ ਸਮਝਦੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਆਓ ਆਪਾਂ ਰਲ ਮਿਲ ਕੇ ਸਾਰੇ ਜਿਹੜੇ ਮਾਂ ਖੇਡ ਕਬੱਡੀ ਦੇ ਚੰਗੇ ਕੰਮਾਂ ਵੱਲ, ਜਦੋਂ ਆਪਾਂ ਇਸ ਦੁਨੀਆ ਤੋਂ ਜਾਣਾ, ਜਦੋਂ ਆਪਾਂ ਇਸ ਦੁਨੀਆ ਤੋਂ ਤੁਰਨਾ, ਕੋਈ ਆਪਾਂ ਨੂੰ ਕਹਿ ਸਕੇ ਵੀ ਵਾਹ ਆ ਸੀ ਬੰਦਾ ਪਰ ਦੁਨੀਆ ਤੋਂ ਚਲਾ ਗਿਆ, ਪਰ ਇਹਨੇ ਕਬੱਡੀ ਲਈ ਕੁਝ ਕੀਤਾ। ਇਹੋ ਜਿਹੇ ਕੰਮਾਂ ਦੀ ਸਾਂਝ ਪਾਈਏ, ਇਹੋ ਜਿਹੇ ਕੰਮਾਂ ਦੀ ਪਿਰਤ ਪਾਈਏ, ਆਪਣੇ ਹੋਮੇ ਨੂੰ ਛੱਡ ਕੇ, ਹੋਮੇ ਨੂੰ ਤਿਆਗ ਕੇ ਮਾਂ ਖੇਡ ਕਬੱਡੀ ਦੀ ਸੇਵਾ ਕਰੀਏ, ਨਸ਼ਿਆਂ ਤੋਂ ਪਲੇਅਰਾਂ ਨੂੰ ਬਚਾਈਏ। ਪਿਛਲੇ ਸਾਲ ਬਹੁਤ ਸਾਥ ਦਿੱਤਾ ਸਾਡਾ, ਸਾਰੇ ਹੀ ਹੋਲੈਂਡ ਵਾਲੇ ਭਰਾਵਾਂ ਨੇ, ਜੇ ਗੱਲ ਕਰੀਏ ਜਿੰਨੀ ਵੀ ਉਹਨਾਂ ਦੀ ਕਮਿਊਨਿਟੀ ਸੀ, ਪਲੇਅਰਾਂ ਨੇ ਬਹੁਤ ਸਾਥ ਦਿੱਤਾ, ਜੋ ਕਿ ਤੰਬੂ ਦੇ ਵਿੱਚ ਪਲੇਅਰ ਸੀਗੇ, ਜੋ ਕਿ ਇਸ ਵਾਰੀ ਵੀ ਸਾਨੂੰ ਆਸ ਹੈ ਕਿ ਇੱਦਾਂ ਹੀ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਣਗੇ ਪ੍ਰਮੋਟਰ ਅਤੇ ਸਾਡੇ ਖਿਡਾਰੀ ਵੀਰ, ਕਿਉਂਕਿ ਸਾਡੀ ਜਿਹੜੀ ਮਾਂ ਖੇਡ ਕਬੱਡੀ ਆ ਇਹ 'ਚ ਅਸੀਂ ਪੈਸਾ ਤਾਂ ਬਹੁਤ ਲੈ ਆਉਂਦਾ, ਅਸੀਂ ਅਰਬਾਂ ਕਰੋੜਾਂ ਦੀ ਕਹਿੰਦੇ ਹਾਂ, ਪਰ ਹਜੇ ਸਾਡੇ ਕੋਲ ਤਰੱਕੀ ਨਹੀਂ ਇਹਦੀ ਕਰ ਹੋਈ, ਰੂਲ ਅਤੇ ਸਿਸਟਮ ਪੱਖ ਤੋਂ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਪਰ ਆਓ ਰਲ ਮਿਲ ਕੇ ਇਹ ਮੀਟਿੰਗਾਂ ਰੱਖੀਏ, ਪੰਜਾਬ 'ਚ ਵੀ ਮੀਟਿੰਗਾਂ ਰੱਖੀਏ, ਯੂਰਪ ਵਿੱਚ ਵੀ ਮੀਟਿੰਗਾਂ ਰੱਖੀਏ, ਇੰਗਲੈਂਡ ਕਨੇਡਾ 'ਚ ਵੀ ਮੀਟਿੰਗਾਂ ਰੱਖੀਏ, ਸਤਿਕਾਰ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਇਹ ਮੀਟਿੰਗਾਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਬੰਦਾ ਆਪਣਾ ਪੱਖ ਰੱਖ ਸਕਦਾ, ਪੈਸੇ ਲਾਉਣ ਵਾਲਾ ਇਨਸਾਨ ਆਪਣਾ ਪੱਖ ਰੱਖ ਸਕਦਾ, ਚੰਗੇ ਮਾੜੇ ਪੱਖਾਂ ਦੀ ਇੱਥੇ ਆਪਾਂ ਨਿਚੋੜ ਕੱਢ ਕੇ ਚੰਗੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ, ਮਾੜੇ ਬੰਦੇ ਵਿੱਚ ਵੀ ਕੋਈ ਚੰਗਾ ਹੋਵੇਗਾ। ਸੋ ਇਹ ਗੱਲ ਐਵੇਂ ਨਹੀਂ ਕਹੀ ਗਈ, ਕੋਈ ਇਨਸਾਨ, ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੱਲ ਛੁਪੀ ਹੁੰਦੀ ਹੈ, ਇਸ ਕਰਕੇ ਉਹ ਆਪਾਂ ਇਹ ਮੀਟਿੰਗਾਂ ਦੇ ਕਰਕੇ ਆਪਾਂ ਸਾਂਝ ਪਾ ਸਕਦੇ ਹਾਂ। ਸੋ ਗ੍ਰੀਸ, ਪੁਰਤਗਾਲ ਵਾਲੇ ਵੀਰ ਜਿੰਨੇ ਵੀ ਆ, ਜਿਹੜੇ ਪੁਰਤਗਾਲ 'ਚ ਮੁੰਡੇ ਪੱਕੇ ਹੋਏ ਕਬੱਡੀ ਦੇ ਪਲੇਅਰ, ਉਹ ਵੀ ਇੱਥੇ ਪਹੁੰਚਣ, ਤਾਂ ਜੋ ਉਹਨਾਂ ਨੂੰ ਖੇਡਣ ਦਾ ਮੌਕਾ ਮਿਲੇ ਚੰਗੀਆਂ ਟੀਮਾਂ ਦੇ ਵਿੱਚ। ਲੋਕਲ ਖਿਡਾਰੀਆਂ ਅੱਗੇ ਵੀ ਬੇਨਤੀ ਆ, ਬਾਕੀ ਜਿਹੜੇ ਪਲੇਅਰ ਯੂਰਪ ਫੈਡਰੇਸ਼ਨ ਵਾਲੇ ਇੰਡੀਆ ਤੋਂ ਬੁਲਾਉਂਦੇ ਆ, ਜੇ ਕਿਸੇ ਨੇ ਲੋਕਲ 'ਚ ਖਿਡਾਉਣੇ ਆ, ਉਹ ਆਪਣੀ ਰਿਸਪੋਂਸੀਬਿਲਟੀ 'ਤੇ ਪਲੇਅਰ ਨੂੰ ਲੈ ਕੇ ਜਾਓ, ਆਪਣੀ ਰਿਸਪੋਂਸੀਬਿਲਟੀ 'ਤੇ ਪਲੇਅਰ ਨੂੰ ਉੱਥੇ ਉਹਨਾਂ ਦੀ ਟੀਮ ਕੋਲ ਛੱਡ ਦਿਓ, ਚਾਹੇ ਉਹਨਾਂ ਨੇ ਬਾਬਾ ਬੰਦਾ ਸਿੰਘ ਕਬੱਡੀ ਕਲੱਬ ਤੋਂ ਪਲੇਅਰ ਲੈਣਾ, ਚਾਹੇ ਉਹਨਾਂ ਨੇ ਪੰਜਾਬ ਐਮਸਰਦਮ ਕਬੱਡੀ ਕਲੱਬ ਕੋਲੋਂ ਪਲੇਅਰ ਲੈਣਾ, ਚਾਹੇ ਉਹਨਾਂ ਨੇ ਦਸ਼ਮੇਸ਼ ਕਬੱਡੀ ਕਲੱਬ ਆਸਟ੍ਰੇਲੀਆ ਕੋਲੋਂ, ਚਾਹੇ ਸ਼ੀਰੇ ਭਾਜੀ ਉਹਨਾਂ ਦੀ ਟੀਮ ਫਰਾਂਸ ਕੋਲੋਂ ਪਲੇਅਰ ਲੈਣਾ, ਪਰ ਆਪਣੀ ਰਿਸਪੋਂਸੀਬਿਲਟੀ 'ਤੇ ਪਲੇਅਰ ਲੈ ਕੇ ਵਾਪਸ ਆਪਣੇ ਖਰਚੇ 'ਤੇ ਉਹਨੂੰ ਉਹਨਾਂ ਦੀ ਟੀਮ ਨੂੰ ਵਾਪਸ ਦਿਓ, ਤਾਂ ਜੋ ਇਹ ਪਲੇਅਰ ਇੱਕ ਦੂਜੇ ਨਾਲ ਰਲ ਕੇ ਵੀ ਖੇਡਣ, ਉਹਨਾਂ ਦੀ ਆਪਸੀ ਭਾਈਚਾਰਕ ਸਾਂਝ ਵਧੇ, ਇਹ ਪਲੇਅਰ ਪੰਜਾਬ ਤੋਂ ਆਏ ਹੁੰਦੇ ਆ, ਇਹ ਪੈਸਾ ਹੋਰ ਕਮਾ ਸਕਣ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਅਸੀਂ ਖਿਮਾ ਦੇ ਜਾਚਕ ਹਾਂ। 16 ਤਰੀਕ ਸ਼ਨੀਵਾਰ ਦਿਨ 16 ਮਾਰਚ ਯੂਰਪ ਦੀ ਮੀਟਿੰਗ, ਲੋਕਲ ਫੈਡਰੇਸ਼ਨ ਦੀ ਫੈਡਰੇਸ਼ਨ ਯੂਰਪ ਦੀ, ਚਾਹੇ ਪਲੇਅਰ ਪੰਜਾਬ ਤੋਂ ਆਉਣਾ ਚਾਹੇ ਲੋਕਲ ਆ, ਸਾਰੇ ਉੱਥੇ ਪਹੁੰਚੋ ਜਿੰਨੇ ਵੀ ਸਾਡੇ ਭਰਾ, ਅਤੇ ਉਹ ਇੰਨੀਆਂ ਬੇਨਤੀਆਂ ਕਬੂਲ ਕਰਦੇ ਹੋਏ ਦਾਸ ਹੁਣ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।